ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕੁਝ ਕੀ ਹੈ ਬਲਜੀਤ ਕੌਰ ਨੇ ਕੀ ਕੀਤਾ ਬਲਜੀਤ ਕੌਰ ਨੇ ਕੀ ਹੈ ਕਿ 90248 ਮ੍ਰਿਤਕ ਲਾਭਪਾਤਰੀਆਂ ਦੀ شناخت ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਰਾਹਤ ਮਿਲੀ ਹੈ ਉਹਨਾਂ ਨੇ ਇਸ ਦੇ ਨਾਲ ਪ੍ਰਤੀ ਮਹੀਨਾ ਸਰਕਾਰ ਨੂੰ 13.5 3 ਕਰੋੜ ਦੀ ਬਚਤ ਹੋਏਗੀ ਦੱਸਿਆ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ 30.46 ਲੱਖ ਲਾਭਪਾਤਰੀਆਂ ਦਾ ਸਰਵੇਖਣ ਕਰਵਾਇਆ ਗਿਆ ਹੈ ਤੇ ਸਰਵੇ ਦੇ ਮੁਕੰਮਲ ਹੋਣ ਤੇ 90248 ਮ੍ਰਿਤਕ ਲਾਪਤਰੀਆਂ ਦੀ شناخت ਕੀਤੀ ਗਈ। ਔਰ ਮ੍ਰਿਤਕ ਕਲਾਬਕਾਰੀਆਂ ਦੀ شناخت ਦੇ ਨਾਲ ਸਰਕਾਰ ਨੂੰ ਪ੍ਰਤੀ ਮਹੀਨਾ 13.53 ਕਰੋੜ ਤੇ ਸਾਲਾਨਾ 102.36 ਕਰੋੜ ਰੁਪਏ ਦੀ ਬਚਤ ਹੋਏਗੀ। ਕੈਬਨਿਟ ਮੰਤਰੀ ਨੇ ਵੀ ਦੱਸਿਆ ਕਿ 90248 ਮ੍ਰਿਤਕ ਲਾਪਤਰੀਆਂ ਦੀ شناخت ਦੇ ਨਾਲ ਜਿੱਤੇ ਸਰਕਾਰ ਦਾ ਵਿਤੀ ਨੁਕਸਾਨ ਹੋਣੋਂ بچਿਆ ਸਗੋਂ ਇਸ ਰਾਸ਼ੀ ਦਿਨਾਰ ਹੋਰ ਲੋੜਵੰਦ ਲੋਕਾਂ ਦੀ ਵੀ ਸਹਾਇਤਾ ਕੀਤੀ ਜਾਏਗੀ